ਅਸੀਂ ਤੇ ਇਹ ਸਭ ਦਾ ਹੀ ਭਲਾ ਮੰਗਣੇ ਆ ਸਾਡੇ ਗੁਰੂ ਜੀ ਨੇ ਇਹ ਸਿਖਾਇਆ ਬੇਟਾ ਕੋਈ ਬੁਰਾ ਵੀ ਕਰਦਾ ਤੇ ਭਲਾ ਹੀ ਮੰਗਣਾ ਮਾਲਕ ਉਹਨਾਂ ਤੇ ਵਿਦਿਆ ਮੇਰ ਰਹਿਮਤ ਕਰੇ ਉਹਨਾਂ ਨੂੰ ਸੋਝੀ ਦੇ ਨਮਸਕਾਰ ਦੋਸਤੋ ਦਾ ਫੈਕਟਰੀ ਮੇ ਆਪਕਾ ਸਵਾਗਤ ਹੈ ਡੇਰਾ ਸੱਚਾ ਸੌਦਾ ਵਸਨ ਡਾਕਟਰ ਗੁਰਮੀਤ ਰਾਮ ਰੀਮ ਸਿੰਘ ਜਿੰਸਾ ਕੇ ਬਾਰੇ ਮੇ ਬਾਤ ਕਰ ਰਹੇ ਹੈ ਲੋਕੋਂ ਕੇ ਬੀਚ ਮੇ ਪਹੁੰਚ ਰਹੇ ਹੈ ਔਰ ਜਾਣਤੇ ਹੈ ਕਿ ਆਜ ਉਨਕਾ ਗੁਰੂ ਜੀ ਕੇ ਬਾਰੇ ਮੇ ਕਿਆ ਕਹਿਣਾ ਹੈ 3 ਸਾਲ ਹੋਣੇ ਵਾਲੇ ਹੈ ਗੁਰੂ ਜੀ ਸਮਾਜ ਮੇ ਨਹੀਂ ਹੈ ਸੋਸਾਇਟੀ ਕੇ ਅੰਦਰ ਨਹੀਂ ਹੈ ਤੋ ਅਬ ਲੋਕੋਂ ਕਾ ਉਨਕੇ ਬਾਰੇ ਮੇ ਕਿਆ ਵਿਚਾਰ ਹੈ ਕਿਆ ਵੋ ਬਤਾਨਾ ਚਾਹਤੇ ਹੈ ਸਿੱਧਾ ਹਮ ਲੋਕੋਂ ਸੇ ਬਾਤ ਕਰਕੇ ਜਾਣਤੇ ਹੈ ਨਮਸਕਾਰ ਮਾਤਾ ਜੀ ਦਾ ਫੈਕਟਰੀ ਚ ਤੁਹਾਡਾ ਸਵਾਗਤ ਹੈ ਨਮਸਕਾਰ ਜੀ ਕੀ ਨਾਮ ਹੈ ਮਾਤਾ ਜੀ ਮੇਰਾ ਨਾਮ ਅਮਰਜੀਤ ਕੌਰ ਜੀ ਅਮਰਜੀਤ ਜੀ ਕਿੰਨੇ ਸਮੇਂ ਤੋਂ ਤੁਸੀਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹੋ ਸਾਨੂੰ ਜੀ ਅਸੀਂ 1993 ਦਾ ਨਾਮ ਲਿਆ ਇੰਨੇ ਚਿਰ ਦਾ ਨਾਮ ਲਿਆ ਡੇਰਾ ਸੱਚਾ ਸੌਦਾ ਕਿਸ ਧਰਮ ਦੇ ਬਾਰੇ ਸਿੱਖਿਆ ਡੇਰਾ ਸੱਚਾ ਸੌਦਾ ਜੀ ਬਹੁਤ ਸਭ ਧਰਮਾਂ ਦਾ ਸਤਿਕਾਰ ਕਰਦੇ ਨੇ ਇੱਥੇ ਅਸੀਂ ਤਾਂ ਜਦੋਂ ਦਾ ਨਾਮ ਲਿਆ ਸਾਡੇ ਤਾਂ ਇੰਨਾ ਸੀ ਜੋ ਵੀ ਇੰਨੀ ਸ਼ਰਾਬ ਪੀਂਦੇ ਸੀ ਆਪ ਵੀ ਦੁਨੀਆ ਮੰਨਦੀ ਨਹੀਂ ਵੀ ਇਹ ਵੀ ਛੱਡ ਜਾਣਗੇ ਜਿਸ ਦਿਨ ਦੇ ਇਸ ਦਰਬਾਰ ਵਿੱਚ ਆਏ ਅਸੀਂ ਨਾਮ ਲਿਆ ਵੀ ਅਸੀਂ ਤਾਂ ਬਹੁਤ ਨਿਹਾਲ ਹੋ ਗਏ ਅਸੀਂ ਤਾਂ ਇਹ ਮਾਲਕਾ ਜਿਵੇਂ ਸਾਡੇ 'ਤੇ ਰਹਿਮਤ ਕੀਤੀ ਸਭ 'ਤੇ ਮਾਲਕ ਕਰੇ ਹੋਰ ਕੀ ਸੁਧਾਰ ਹੋ ਗਿਆ ਹਾਂਜੀ ਹੋਰ ਕੀ ਜਾਣਦੇ ਹੋ ਗੁਰੂ ਜੀ ਦੇ ਬਾਰੇ ਹੋਰ ਵੀ ਇਹੀ ਜਾਣਦੇ ਵੀ ਅੱਜ ਜੋ ਕੁਛ ਕਰਿਆ ਜਾ ਰਿਹਾ ਗੁਰੂ ਜੀ ਵਾਸਤੇ ਬਹੁਤ ਗਲਤ ਕਰਿਆ ਜਾ ਰਿਹਾ ਬਹੁਤ ਆਤਮਾ ਨੂੰ ਦੁੱਖ ਆਉਂਦਾ ਵੀ ਸੱਚਾਈ ਵਾਸਤੇ ਇੰਨਾ ਵੀ ਗਲਤ ਪ੍ਰਚਾਰ ਕਰਦੇ ਨੇ ਦੇ ਆਤਮਾ ਬਹੁਤ ਦੁਖੀ ਹੁੰਦੀ ਹੈ ਬਰਦਾਸ਼ਤ ਵੀ ਨਹੀਂ ਹੁੰਦਾ ਕਿਸੇ ਵੇਲੇ ਫਿਰ ਕੀ ਕੀਤਾ ਜਾਵੇ ਜਿਵੇਂ ਜੀ ਮਾਤਾ ਜੀ ਤੁਸੀਂ ਦੱਸਿਆ ਤੁਸੀਂ 92 ਚੋਂ ਕਾਫੀ ਲੰਬੇ ਸਮੇਂ ਤੋਂ ਆ ਰਹੇ ਹੋ ਡੇਰਾ ਸੱਚਾ ਸੌਦਾ ਦੇ ਅੰਦਰ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਮਤਲਬ ਕਦੇ ਤੁਸੀਂ ਕਿਸੇ ਗੁਰੂ ਜੀ ਦੇ ਤੋਂ ਸੁਣਿਆ ਹੋਵੇ ਜਾਂ ਗੁਰੂ ਜੀ ਨੇ ਕਦੇ ਬੋਲਿਆ ਹੋਵੇ ਕਿਸੇ ਧਰਮ ਦੇ ਬਾਰੇ ਅਲੱਗ ਤਰੀਕੇ ਨਾਲ ਜਾਂ ਕਿਸੇ ਇਨਸਾਨ ਬਾਰੇ ਕਦੀ ਮਤਲਬ ਹੀ ਨਹੀਂ ਉਹ ਤਾਂ ਸਭ ਧਰਮਾਂ ਦਾ ਸਤਿਕਾਰ ਕਰਦੇ ਨੇ ਸਭ ਨਾਲ ਇੱਜ਼ਤ ਸਮਾਨ ਪਿਆਰ ਦਿੰਦੇ ਨੇ ਸਭ ਨਾਲ ਅਸੀਂ ਵੀ ਤਾਂ ਪਹਿਲਾਂ ਜਦੋਂ ਨਾਮ ਨਹੀਂ ਲਿਆ ਸਾਨੂੰ ਵੀ ਇਹਨਾਂ ਨਹੀਂ ਸੀ ਗਿਆਨ ਪਰ ਜਿਸ ਦਿਨ ਦਾ ਅਸੀਂ ਨਾਮ ਲਿਆ ਅਸੀਂ ਹਰ ਧਰਮ ਹਰ ਜਾਤ ਨਾਲ ਸਭ ਅੰਦਰ ਤਹਿ ਦਿਲ ਨਾਲ ਪ੍ਰੇਮ ਕਰਨੇ ਆ ਸਾਡੇ ਗੁਰੂ ਜੀ ਨੇ ਇਹ ਸਿਖਾਇਆ ਬੇਟਾ ਸਭ ਨਾਲ ਪ੍ਰੇਮ ਕਰਨਾ ਇਹ ਨਹੀਂ ਵੀ ਉੱਤੋਂ ਅੰਦਰ ਉਨੀ ਪ੍ਰੇਮ ਸੱਚਾਈ ਨਾਲ ਪ੍ਰੇਮ ਕਰਨਾ ਸਾਨੂੰ ਤਾਂ ਆਪ ਸਭ ਨਾਲ ਕਰਨੇ ਆ ਫਿਰ ਸਾਡੇ ਗੁਰੂ ਜੀ ਨੇ ਉਹਨਾਂ ਤੱਕ ਮਤਲਬ ਵੀ ਨਹੀਂ ਕਦੀ ਕਿਸੇ ਦੇ ਧਰਮ ਦੇ ਖਿਲਾਫ਼ ਕਦੇ ਵੀ ਕੋਈ ਗਲਤ ਬੋਲਿਆ ਵੀ ਜਿਹੜੇ ਹੁਣ ਉਹਨਾਂ ਤੇ ਆਰੋਪ ਲਗਾਏ ਜਾ ਰਹੇ ਆ ਬੇਅਦਬੀ ਲਈ ਆਰੋਪ ਲਗਾਇਆ ਜਾ ਰਿਹਾ ਉਸ ਬਾਰੇ ਕੀ ਕਹੋਗੇ ਬਿਲਕੁਲ ਗਲਤ ਨੇ ਵੈਸੇ ਬਹੁਤ ਦਿਲ ਤਾਂ ਬਹੁਤ ਦੁਖੀ ਹੁੰਦਾ ਵੀ ਐਡੇ ਸੰਤਾਂ ਮਹਾਤਮਾ ਦੇ ਵੀ ਐਡੇ ਗਲਤ ਆਰੋਪ ਲਗਾਏ ਹਨ ਤਾਂ ਕੀ ਬਣੇਗਾ ਦੁਨੀਆ ਦਾ ਦਿਲ ਤਾਂ ਬਹੁਤ ਦੁਖੀ ਹੁੰਦਾ ਪਰ ਚਲੋ ਸਤਿਗੁਰ ਅੱਗੇ ਹੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਸੱਚਾਈ ਨੂੰ ਅੱਗੇ ਲਿਆਉਂਦਾ ਸੱਚ ਤਾਂ ਸੱਚ ਹੀ ਰਹੇਗਾ ਗੁਰੂ ਜੀ ਦੀ ਫਿਰ ਅਸਲੀਅਤ ਕੀ ਹੈ ਤੁਹਾਨੂੰ ਕੀ ਲੱਗਦਾ ਗੁਰੂ ਜੀ ਦੇ ਬਾਰੇ 'ਚ ਸੱਲੀਅਤ ਇਹੀ ਵੀ ਜੋ ਸੱਚਾਈ ਉਹਨਾਂ ਦਾ ਜਦੋਂ ਦੇ ਵੀ ਅਸੀਂ ਵੀ ਨਾਮ ਲਿਆ ਇੰਨਾ ਵੀ ਉਹ ਨਸ਼ਾ ਛਡਾਉਂਦੇ ਨੇ ਸਭ ਧਰਮਾਂ ਦਾ ਪਿਆਰ ਕਰਦੇ ਨੇ ਜਿੱਥੇ ਵੀ ਕੋਈ ਸੋਕਾ ਕੋਈ ਚੀਜ਼ ਆਉਂਦੀ ਹੈ ਵੀ ਉੱਥੇ ਪਹਿਲਾਂ ਪਹੁੰਚਦੇ ਨੇ ਸਭ ਨੂੰ ਭੇਜਦੇ ਨੇ ਵੀ ਸਭ ਨਾਲ ਵੀ ਕਰਦੇ ਨੇ ਅੱਗੇ ਲੱਗ ਕੇ ਸਾਰਾ ਕੰਮ ਕਰਦੇ ਨੇ ਅਤੇ ਇਹਨਾਂ ਨੇ ਸੱਚਾਈ ਦਾ ਕੋਈ ਜਿੰਨੇ ਚਿਰ ਹੋ ਗਏ ਨੇ ਇੰਨਾਂ ਨੇ ਮਤਲਬ ਬਾਹਰ ਵੀ ਜਾਂਦੇ ਵੀ ਸਾਡੇ ਬੱਚੇ ਵੀ ਜਾਂਦੇ ਬਾਹਰ ਸੇਵਾ 'ਤੇ ਕਿਤੇ ਸੋਕਾਂ ਦਾ ਉੱਥੇ ਜਾਂਦੇ ਕਿਤੇ ਪਾਣੀ ਪਿਛਾਉਣਾ ਦਾ ਉੱਥੇ ਜਾਂਦੇ ਆਪ ਗੁਰੂ ਜੀ ਵੀ ਜਾਂਦੇ ਸਭ ਟੀਮਾਂ ਜਾਂਦੀਆਂ ਬਹੁਤ ਵੀ ਸੇਵਾ ਕਰਦੇ ਪਰ ਉਹ ਤਾਂ ਸੱਚਾਈ ਤਾਂ ਇਹਨਾਂ ਕਦੀ ਇਹਨਾਂ ਵਿਖਾਈ ਨਹੀਂ ਗਈ ਇੰਨੇ ਚਿਰ ਹੋ ਗਿਆ ਅਤੇ ਆ ਗਲਤ ਆਰੋਪ ਲਗਾਏ ਦਿਲ ਤਾਂ ਬਹੁਤ ਦੁਖੀ ਹੁੰਦਾ ਪਰ ਕੀਤਾ ਕੀ ਜਾਏ ਪਰ ਇਹ ਸਤਿਗੁਰ ਅੱਗੇ ਅਰਦਾਸ ਕਰ ਰਹੇ ਮਾਲਕਾ ਸੱਚ ਦਾ ਸੱਚ ਜਲਦੀ ਅੱਗੇ ਆਵੇ ਤੁਸੀਂ ਬੇਟੀਆਂ ਦੀ ਸੁਰੱਖਿਆ ਬਾਰੇ ਕੀ ਦੱਸਣਾ ਚਾਹੋਗੇ ਬੇਟੀਆਂ ਦੀ ਜਿੰਨੇ ਵੀ ਬੇਟੀਆਂ ਵਾਸਤੇ ਤਾਂ ਬਹੁਤ ਉਹ ਤਾਂ ਇਹੀ ਕਹਿੰਦੇ ਜਿੰਨਾ ਬੰਦਾ ਬੇਟੀ ਬਚਾਓ ਬੇਟੀਆਂ ਨੂੰ ਪੜ੍ਹਾਓ ਬੇਟੀਆਂ ਨੂੰ ਅੱਗੇ ਲਿਆਓ ਬੇਟੀਆਂ ਤਾਂ ਬੇਟੀਆਂ ਨਾਲ ਬਹੁਤ ਅੱਗੇ ਨੇ ਬੇਟੀਆਂ ਦਾ ਜਿਹੜੇ ਲੋਕ ਕਹਿੰਦੇ ਨੇ ਵੀ ਇਹ ਬੇਟੀਆਂ ਨੇ ਉਹਨਾਂ ਬੇਟੀਆਂ ਵਾਸਤੇ ਤਾਂ ਵੀ ਜਿੰਨਾ ਵੀ ਅੱਗੇ ਪੜ੍ਹ ਲੈ ਕੇ ਅੱਗੇ ਲੱਗਣ ਬੇਟੀਆਂ ਬੇਟੀਆਂ ਬਹੁਤ ਸਮਾਜ ਦਾ ਭਲਾ ਕਰਦੀਆਂ ਨੇ ਕੀ ਨਹੀਂ ਕੰਮ ਕਰ ਸਭ ਕਰਦੀਆਂ ਨੇ ਡੇਰਾ ਸੱਚਾ ਸੌਦਾ 'ਚ ਸੁਰੱਖਿਆ ਕਿਵੇਂ ਹੈ ਬੇਟੀਆਂ ਦੀ ਬੇਟੀਆਂ ਦੀ ਇੱਥੇ ਬਹੁਤ ਸੁਰੱਖਿਆ ਹੈ ਜਿਸ ਤਰ੍ਹਾਂ ਅਸੀਂ ਵੀ ਇੰਨੇ ਚਿਰ ਹੋ ਗਏ ਆਉਣੇ ਹਾਂ ਸੇਵਾ ਕਰਨੇ ਹਾਂ ਮਹੀਨਾ ਮਹੀਨਾ ਵੀ ਲਾ ਜਾਂਦੇ ਹਾਂ 15-15 ਦਿਨ ਵੀ ਲਾ ਜਾਂਦੇ ਹਾਂ ਉਹਨਾਂ ਦੀ ਸੇਵਾ ਕਰਨੇ ਹਾਂ ਅਸੀਂ ਤਾਂ ਅੱਜ ਤੱਕ ਕਦੀ ਵੀ ਕੋਈ ਐਸਾ ਨਾ ਕੋਈ ਵੇਖਿਆ ਨਾ ਸੁਣਿਆ ਉਦੋਂ ਦੀ ਸੇਵਾ ਕਰਨੇ ਸੀ 93 ਦਾ ਨਾਮ ਲਿਆ ਉਦੋਂ ਦੀ ਸੇਵਾ ਕਰਨੇ ਸੀ ਆਉਣੇ ਹਾਂ 3 ਸਾਲ ਹੋਣ ਵਾਲੇ ਹੈ ਮਾਤਾ ਜੀ ਗੁਰੂ ਜੀ ਸਮਾਜ ਦੇ ਵਿੱਚ ਨਹੀਂ ਹੈਗੇ ਤਾਂ ਇੰਨੇ ਸਾਲਾਂ ਦੇ ਅੰਦਰ ਸਮਾਜ 'ਤੇ ਕੀ ਪ੍ਰਭਾਵ ਪਿਆ ਸਰ ਸਮਾਜ 'ਤੇ ਬਹੁਤ ਪ੍ਰਭਾਵ ਪਿਆ ਕੀ ਹਾਲ ਹੁੰਦਾ ਪਿਆ ਦੁਨੀਆ ਦਾ ਕਦੀ ਐਸਾ ਇਹੋ ਜਿਹੇ ਕੰਮ ਸੁਣੇ ਸੀ ਕਦੋਂ
ਤੇ ਜੇ ਸੰਤਾ ਮਹਾਤਮਾ ਨਾਲ ਇਹ ਕੁਛ ਐਸਾ ਹੀ ਕਰਨਗੇ ਤੇ ਫਿਰ ਐਸਾ ਹੀ ਹੋਵੇਗਾ। ਬਹੁਤ ਹਾਲਾਤ ਸਹੀ ਤਾਂ ਨਹੀਂ, ਬਹੁਤ ਗਲਤ ਹੀ ਕਰੀ ਜਾਂਦੇ ਨੇ, ਪਰ ਅਸੀਂ ਤਾਂ ਇਹੀ ਸਭ ਦਾ ਹੀ ਭਲਾ ਮੰਗਣੇ ਹਾਂ। ਸਾਡੇ ਗੁਰੂ ਜੀ ਨੇ ਇਹੀ ਸਿਖਾਇਆ, ਬੇਟਾ ਕੋਈ ਬੁਰਾ ਵੀ ਕਰਦਾ ਉਹਦੇ ਲਈ ਭਲਾ ਹੀ ਮੰਗਣਾ, ਮਾਲਕ ਉਹਨਾਂ 'ਤੇ ਵਿਦਿਆ ਮੇਰ ਰਹਿਮਤ ਕਰੇ, ਉਹਨਾਂ ਨੂੰ ਸੋਝੀ ਦੇ ਵੀ ਜਿਹੜੇ ਇਸ ਤਰ੍ਹਾਂ ਬੋਲਦੇ ਨੇ। ਕਿ ਅੱਜ ਸਮਾਜ ਨੂੰ ਗੁਰੂ ਜੀ ਦੀ ਜ਼ਰੂਰਤ ਹੈ? ਬਹੁਤ ਜ਼ਰੂਰਤ ਹੈ ਜੀ, ਵੀ ਉਹਨਾਂ ਸੰਤਾਂ ਮਹਾਤਮਾ ਦੇ ਸਾਰੇ ਸ੍ਰਿਸ਼ਟੀ ਖੜੀ ਹੈ। ਅੱਜ ਤੱਕ ਸੰਤ ਮਹਾਤਮਾ ਧਰਤੀ ਦੇ ਅੱਜ ਨੂੰ ਤਾਂ ਦੁਨੀਆ ਤਾਂ ਖਤਮ ਹੋ ਜਾਂਦਾ, ਇਹ ਸੰਤਾਂ ਮਹਾਤਮਾ ਦੇ ਸਾਰੇ ਸ੍ਰਿਸ਼ਟੀ ਖੜੀ, ਬੰਦਿਆਂ ਸਾਰੇ ਨਹੀਂ ਖੜੀ। ਸਰਕਾਰ ਤੋਂ ਕੀ ਮੰਗ ਕਰੋਗੇ? ਬਸ ਅਸੀਂ ਤਾਂ ਸਰਕਾਰ ਅੱਗੇ ਹੀ ਵੀ ਹੱਥ ਜੋੜ ਕੇ ਬੇਨਤੀ ਕਰਨੇ ਹਾਂ ਵੀ ਜਿੰਨਾ ਵੀ ਜਲਦੀ ਤੋਂ ਜਲਦੀ ਵੀ ਉਹਨਾਂ ਨੂੰ ਗੁਰੂ ਸਾਹਿਬਾਂ ਨੂੰ ਵੀ ਇੱਥੋਂ ਲਿਆਂਦਾ ਜਾਵੇ, ਵੀ ਜੋ ਵੀ ਕੰਮ ਕਰੇ ਬਹੁਤ ਗਲਤ ਕਰੇ ਨੇ ਅਤੇ ਅਜੇ ਵੀ ਬਹੁਤ, ਮਾਲਕ ਅੱਗੇ ਹੀ ਦੁਆ ਕਰਨ ਵੀ ਉਹਨਾਂ ਨੂੰ ਸੋਝੀ ਦੇ, ਸਤਿਗੁਰੂ ਜਿਹੜੇ ਅਜੇ ਕੰਮ ਕਰਦੇ ਨੇ ਉਹਨਾਂ 'ਤੇ ਦਇਆ ਮੇਰ ਰਹਿਮਤ ਕਰੇ, ਉਹਨਾਂ ਨੂੰ ਸੋਝੀ ਦੇ, ਉਹ ਜਲਦੀ ਗੁਰੂ ਜੀ ਨੂੰ ਵਾਪਸ ਲੈ ਕੇ ਆਉਣ। ਬਹੁਤ ਬਹੁਤ ਧੰਨਵਾਦ ਮਾਚਾ ਜੀ ਸਾਡੇ ਨਾਲ ਜੁੜਨ ਲਈ, ਰੀਅਲ ਫੈਕਟ ਦੱਸਣ ਲਈ। ਡੇਰਾ ਸੱਚਾ ਸੌਦਾ ਵਿਸਨ ਡਾਕਟਰ ਗੁਰਮੀਤ ਰਾਮ, ਜਿਸ ਤਰ੍ਹਾਂ ਸੇ ਹਮਨੇ ਆਪਕੋ ਦਿਖਾਇਆ ਕਿ ਕਿਸ ਤਰ੍ਹਾਂ ਸੇ ਲੋਕ ਬਤਾ ਰਹੇ ਹੈ ਕਿ ਇੱਕ ਸੈਂਟ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਹੀ ਇੱਕ ਐਸੇ ਸੰਤ ਹੈ ਜਿਨ੍ਹਾਂਨੇ ਸਮਾਜ ਕੇ ਲਈ ਏਕ ਦੋ ਨਹੀਂ ਅਨੇਕੋ ਕਾਮ ਕੀਏ ਹੈ। ਉਹ ਇੱਕ ਐਸੇ ਸੰਤ ਹੈ ਜਿਨ੍ਹਾਂਨੇ ਵੇਸ਼ਾ ਤੱਕ ਕੋ ਵੀ ਬੇਟੀ ਬਣਾਇਆ, ਔਰ ਆਜ ਲੋਕ ਉਨਕੇ ਸਮਾਜ ਮੇ ਵਾਪਸ ਆਨੇ ਕੀ ਮੰਗ ਕਰ ਰਹੇ ਹੈ। ਬੋਲ ਰਹੇ ਹੈ ਕਿ ਜਿਤਨੇ ਵੀ ਆਰੋਪ ਗੁਰੂ ਜੀ ਕੇ ਉੱਪਰ ਲਗਾਏ ਜਾ ਰਹੇ ਹੈ ਜਾਂ ਜਿਤਨੇ ਵੀ ਆਰੋਪ ਉਨਕੇ ਉੱਪਰ ਪਹਿਲੇ ਲਗਾਏ ਗਏ ਹੈ ਵਹ ਸਭ ਝੂਠੇ ਹੈ। ਹਮ ਲਗਾਤਾਰ ਆਪਕੋ ਲੋਕੋ ਕੇ ਬੀਚ ਮੇ ਲੇਕਰ ਚਲਤੇ ਹੈ, ਸੂਤਰੋਂ ਕੇ ਹਵਾਲੇ ਸੇ ਕੋਈ ਬਾਤ ਨਹੀਂ ਕਰਤੇ, ਸਿੱਧਾ ਫੈਕਟ ਕੇ ਸਾਥ ਫੈਕਟ ਕੇ ਪਾਸ ਪਹੁੰਚ ਕਰ ਸਿੱਧੀ ਬਾਤ ਆਪਕੋ ਦਿਖਾਤੇ ਹੈ। ਆਪ ਲੋਕ ਵੀ ਖੁੱਲ੍ਹੇ ਦਿਮਾਗ ਸੇ ਜ਼ਰੂਰ ਸੋਚੀਏ ਔਰ ਆਪਣੀ ਰਾਏ ਜ਼ਰੂਰ ਡਾਲੀਏ ਕਮੈਂਟ ਬਾਕਸ ਮੇ ਕਿ ਆਪਕੀ ਕਿਆ ਰਾਏ ਹੈ, ਆਪਕੋ ਕਿਆ ਲੱਗਤਾ ਹੈ, ਕਿਆ ਸੱਚਾਈ ਹੈ। ਵੋ ਸੂਤਰ ਜੋ ਆਪਕੋ ਹੈਡਲਾਈਨਸ ਬਣਾ ਕਰ ਦਿਖਾਇਆ ਗਿਆ, ਮੀਡੀਆ ਕੇ ਦੁਆਰਾ ਲਗਾਤਾਰ ਆਪਕੋ ਪਰੋਸਾ ਗਿਆ, ਜਾਂ ਵੋ ਲੋਕ ਜੋ ਏਕ ਦੋ ਨਹੀਂ ਕੋਈ 30 ਸਾਲੋਂ ਸੇ ਆ ਰਹਾ ਹੈ, ਕੋਈ 40 ਸਾਲੋਂ ਸੇ ਆ ਰਹਾ ਹੈ, ਕੋਈ ਬਚਪਨ ਸੇ ਜੁੜਾ ਹੁਆ ਹੈ, ਔਰ ਖਾਸ ਕਰ ਲੇਡੀਜ਼ ਸਾਹਮਣੇ ਆ ਕਰ ਬਤਾ ਰਹੀ ਹੈ, ਖਾਸ ਕਰ ਬੇਟੀਆਂ ਆ ਕਰ ਬੋਲ ਰਹੀ ਹੈ, ਖੁੱਲ੍ਹੇ ਦਿਮਾਗ ਸੇ ਜ਼ਰੂਰ ਸੋਚੇਗਾ ਦੋਸਤੋ, ਡਾਲਤੇ ਰਹੇਗਾ ਆਪਣੀ ਰਾਏ ਕਮੈਂਟ ਬਾਕਸ ਮੇ, ਔਰ ਸੱਚ ਕਾ ਸਾਥ ਦੇਣੇ ਕੇ ਲੀਏ, ਇਸ ਮੁਹਿੰਮ ਕਾ ਸਾਥ ਦੇਣੇ ਕੇ ਲੀਏ ਇਸ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕੀਜੀਏ। ਧੰਨਵਾਦ।